ਔਰ ਅਖੀਰਲੇ ਸ਼ਬਦ ਵਿੱਚ ਮੇਰੇ ਮਾਲਕ ਨੇ ਜੋ ਸਮਝਾਇਆ ਆਪਾਂ ਟੂਕ ਮਾਤਰ ਉਹਦੇ ਵੀ ਦਰਸ਼ਨ ਕਰ ਲਈਏ। ਹਜ਼ੂਰ ਕਹਿਣ ਲੱਗੇ ਮੈਂ ਬੇਨਤੀ ਕਰਦਾ। ਬੇਨਤੀ ਕਿਵੇਂ ਕੀਤੀ ਜਾਂਦੀ ਹੈ? ਹੱਥ ਜੋੜ ਕੇ। ਸੱਚੇ ਪਾਤਸ਼ਾਹ ਤੁਸੀਂ ਬੇਨਤੀ ਕਿਹਨੂੰ ਕਰ ਰਹੇ? ਹਜ਼ੂਰ ਕਹਿਣ ਲੱਗੇ ਮੈਂ ਆਪਣੇ ਆਪ ਨੂੰ ਕਰਨ ਲੱਗਾ। ਕਿਸੇ ਨੇ ਆਪਣੇ ਆਪ ਨੂੰ ਬੇਨਤੀ ਕੀਤੀ ਕਰੇ? ਬੰਦਾ ਦੂਜਿਆਂ ਅੱਗੇ ਬੇਨਤੀ ਕਰਦਾ ਹੈ ਨਾ। ਪਰ ਵੇਖੋ ਸਤਿਗੁਰ ਆਪਣੇ ਆਪ ਨੂੰ ਬੇਨਤੀ ਕਰਨ ਦੀ ਜਾਚ ਸਿਖਾ ਰਹੇ ਨੇ। ਹੁਣ ਆਪਣੇ ਆਪ ਦਾ ਮਤਲਬ ਆਪਣੇ ਮਨ ਨੂੰ, ਆਪਣੇ ਮਨ ਅੱਗੇ ਵੀ ਬੇਨਤੀ ਕਰੀਏ, ਕਿਉਂਕਿ ਕੰਮ ਇਹਨੇ ਕਰਨਾ ਹੈ, ਇਹਨੇ ਹੀ ਪਾਰ ਉਤਾਰਾ ਕਰਨਾ। ਜੇ ਮਨ ਲੱਗ ਗਿਆ ਬਾਣੀ ਵਿੱਚ ਫਿਰ ਤੇ ਲਾਭ ਹੈ, ਜੇ ਮਨ ਲੱਗ ਗਿਆ ਸੇਵਾ ਵਿੱਚ ਫਿਰ ਤੇ ਲਾਭ ਹੈ, ਜੇ ਮਨ ਲੱਗ ਗਿਆ ਕੀਰਤਨ ਵਿੱਚ ਫਿਰ ਤਾਂ ਲਾਭ ਹੈ, ਜੇ ਮਨ ਹੀ ਨਾ ਲੱਗਾ। ਤਨ ਤੇ ਬੈਠਾ ਹੀ ਹੈ, ਇੱਥੇ ਤਨ ਤੇ ਬੈਠਾ ਹੀ ਹੈ, ਤੇ ਮਨ ਹੋਵੇ ਹੀ ਨਾ ਫਿਰ ਗੱਲ ਨਹੀਂ ਬਣਨੀ। ਫਿਰ ਮਨ ਨੂੰ ਬੇਨਤੀ ਤਾਂ ਕਰਨੀ ਬਣਦੀ ਹੈ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਐ ਮੇਰੇ ਮਨ ਮਿੱਤਰ ਸੁਣ, ਮੈਂ ਬੇਨਤੀ ਕਰਦਾ। ਕਾਹਦੀ ਬੇਨਤੀ? ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਇਹ ਜੋ ਮਨੁੱਖਾ ਰੁੱਤ ਤੈਨੂੰ ਮਿਲੀ ਹੈ ਨਾ, ਇਹ ਗੁਰੂ ਦੇ ਮਿਲਾਪ ਵਾਸਤੇ, ਉਹਦੀ ਸੇਵਾ ਵਾਸਤੇ ਹੈ। ਸੰਤ ਇੱਥੇ ਗੁਰੂ ਵਾਸਤੇ, ਅੱਗੇ ਜਾ ਕੇ ਗੱਲ ਕਲੀਅਰ ਹੋ ਜਾਏਗੀ। ਗੁਰੂ ਦੀ ਸੇਵਾ ਕਰਨ ਦੀ ਰੁੱਤ ਇਹ ਵਾਲੀ, ਹੋਰ ਕਿਸੇ ਦੀ ਨਹੀਂ ਹੈਗੀ। ਈ ਹਾਂ ਇਸ ਜਨਮ ਵਿੱਚ, ਈ ਹਾਂ ਖਾਟ ਚਲੋ ਹਰ ਲਾਹਾ, ਹਰੀ ਨਾਮ ਦਾ ਲਾਹਾ ਖੱਟ ਕੇ ਚੱਲ। ਮਨ ਨੂੰ ਕਹਿਣਾ, ਆਪਣੇ ਮਨ ਨੂੰ, ਪਤਾ ਨਹੀਂ ਕੀ ਖੱਟੀ ਜਾਂਦਾ ਇਹ, ਇੱਧਰ ਲੱਗਦਾ ਹੀ ਨਹੀਂ। ਚੁਗਲੀਆਂ ਹੋਣ, ਦੇਖੋ ਮਨ ਕਿਵੇਂ ਲੱਗਦਾ। ਅੱਛਾ ਹੈ ਸੱਚੀ, ਤੂੰ ਆਪ ਦੇਖਿਆ ਸੀ, ਫਿਰ ਦੱਸੀ। ਕਿੱਡਾ ਸਵਾਲ ਆ ਰਿਹਾ ਨਾ ਸਾਨੂੰ, ਚੁਗਲੀਆਂ ਨਿੰਦਿਆ ਸੁਣਨ ਦੇ ਵਿੱਚ। ਸਵੇਰੇ ਹੁਕਮ ਕਿਹੜਾ ਆਇਆ ਸੀ ਪਤਾ ਹੀ ਨਹੀਂ। ਮੇਰੇ ਸਮੇਤ ਆ ਹੁਣ ਏਦਾਂ ਪੌਣਾ ਘੰਟਾ ਪਹਿਲਾਂ ਸ਼ਬਦ ਪੜ੍ਹ ਕੇ ਹਟੇ ਆ, ਸੋਚ ਕੇ ਵੇਖੋ ਕਿਹੜਾ ਸ਼ਬਦ ਪੜ੍ਹ ਰਹੇ ਸੀ। ਬਹੁਤ ਤੈਨੂੰ ਯਾਦ ਹੀ ਨਹੀਂ ਆਉਣਾ, ਯਾਦ ਹੀ ਨਹੀਂ ਆਉਣਾ। 2 ਸਾਲ ਪਹਿਲਾਂ ਉਹਨੇ ਮੈਨੂੰ ਇਹ ਗੱਲ ਕਹੀ ਸੀ, ਉਹ ਹੁਣ ਤੱਕ ਯਾਦ ਹੈ, ਜਿਹੜੀ ਮਾੜੀ ਗੱਲ ਹੈ ਬਿਲਕੁਲ, ਕਿਉਂਕਿ ਉੱਧਰ ਸਾਡੀ ਰੁਚੀ ਹੈ। ਮੇਰੇ ਮਾਲਕ ਕਹਿੰਦੇ ਨਾ ਭਾਈ, ਗੁਰੂ ਦੀ ਸੇਵਾ ਕਰਨ ਦੀ ਰੁੱਤ ਹੈ ਇਸ ਜਨਮ ਵਿੱਚ, ਹਰੀ ਨਾਮ ਦਾ ਲਾਹਾ ਖੱਟ ਕੇ ਜਾ। ਈ ਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਅਸੀਂ ਚਾਹੁੰਦੇ ਵੀ ਵਸਣਾ ਸੌਖਾ ਹੋ ਜਾਏ, ਆਉਣ ਵਾਲਾ ਸਮਾਂ ਸੌਖਾ ਹੋ ਜਾਏ, ਆਹ ਤਰੀਕਾ ਹੈ। ਇਸ ਸਮੇਂ ਆਹ ਜਿਹੜਾ ਸਮਾਂ ਚੱਲਦਾ ਹੈ, ਹਰੀ ਨਾਮ ਦਾ ਲਾਹਾ ਲੈ, ਅੱਗੇ ਸੌਖਾ ਕੰਮ ਹੈ। ਉਮਰ ਵੱਧ ਰਹੀ ਹੈ ਕਿ ਘੱਟ ਰਹੀ ਹੈ? ਅਸੀਂ ਕਹਿੰਦੇ ਵੱਧ ਗਈ ਬਈ, ਮੈਂ 50 ਸਾਲ ਦਾ ਹੋ ਗਿਆ। ਲੋਕੀ ਕਹਿੰਦੇ ਹੈਪੀ ਬਰਥਡੇ ਟੂ ਯੂ, ਫਿਰ ਕੇਕ ਮੰਗਾਓ, ਫਿਰ ਮੋਮਬੱਤੀਆਂ ਲਾਓ। 5-10 ਤੋਂ ਬਾਅਦ ਹੁਣ ਪਤਾ ਲੱਗ ਗਿਆ ਵੀ ਹੁਣ ਤਾਂ ਮੋਮਬੱਤੀਆਂ ਨਾਲ ਕੇਕ ਭਰ ਜਾਣਾ। ਫਿਰ ਉਹ ਗਿਣਤੀ ਲਿਖੀਆਂ ਹੋਈਆਂ, 25 ਲਿਖਿਆ ਹੁੰਦਾ ਉਹ ਮੋਮਬੱਤੀ, ਫਿਰ ਫੂਕ ਮਾਰੋ, ਫਿਰ ਬੁਝ ਗਈ, ਫਿਰ ਤਾੜੀਆਂ ਮਾਰੋ, ਹੱਦ ਹੋ ਗਈ।
ਹਨੇਰਾ ਕਰਕੇ ਖੁਸ਼ੀ ਮਨਾ ਰਹੇ ਹਾਂ। ਚਾਨਣ ਦੇ ਨਾਲ ਕੋਈ ਖੁਸ਼ ਹੋਵੇ ਤਾਂ ਮੰਨਿਆ ਜਾਂਦਾ ਫੂਕ ਮਾਰ ਦਿੱਤੀ, ਹਨੇਰਾ ਕਰ ਦਿੱਤਾ, ਫਿਰ ਤਾੜੀਆਂ ਕਾਹਦੀਆਂ। ਇਹੀ ਸਮਝ ਲਈਏ ਵੀ ਫੂਕ ਵੱਜ ਗਈ, ਗਏ 25 ਸਾਲ, ਨਹੀਂ ਆਉਣੇ ਵਾਪਸ, ਗਏ ਬਸ, ਬੁੱਝ ਗਏ, ਉਹ ਨਹੀਂ ਵਾਪਸ ਆਉਣੇ। ਤੇ ਅੱਗੇ ਪਤਾ ਨਹੀਂ ਕਿੰਨੇ ਕੁ ਰਹਿ ਗਏ, ਉਹ ਵੀ ਏਦਾਂ ਹੀ ਜਾਣੇ ਫੂਕ ਮਾਰ ਕੇ ਹੀ, ਕੁਛ ਕਰਕੇ ਜਾਣਾ, ਇਹ ਵੀ ਨਹੀਂ ਸਮਝਦੇ ਅਸੀਂ। ਸਿਰਫ ਦੇਖਾ ਦੇਖੀ, ਹੁਣ ਤਾਂ ਹੋਰ ਕੰਮ ਉਲਟ ਹੋ ਗਿਆ, ਹੁਣ ਕੇਕ ਖਾਣ ਵਾਸਤੇ ਕੋਈ ਲੈ ਕੇ ਨਹੀਂ ਆਉਂਦਾ, ਮੂੰਹ ਤੇ ਮਲੀ ਜਾਂਦੇ ਦੂਜਿਆਂ ਦੇ। ਏਦਾਂ ਜਨਮ ਬਤੀਤ ਕਰਨਾ ਹੈ, ਇਹ ਢੰਗ ਤਰੀਕਾ ਹੈ ਮਨੁੱਖਾ ਜੀਵਨ ਦਾ। ਸਤਿਗੁਰ ਕਹਿਣ ਲੱਗੇ, ਇਹ ਗੱਲ ਚੇਤੇ ਰੱਖ, ਈਹਾਂ ਖਾੜ ਚਲੋ ਹਰ ਲਾਹਾ, ਆਗੈ ਬਸੋ ਸੇਲਾ। ਔਦ ਘਟੈ, ਵੱਧ ਕੋਈ ਨਹੀਂ ਰਹੀ, ਉਮਰ ਘੱਟ ਰਹੀ ਹੈ। ਜੇ ਕਹਿੰਦੇ 80 ਸਾਲ ਜਿਉਣਾ ਸੀ, 60 ਸਾਲ ਨਿਕਲ ਗਏ ਤੇ 20 ਰਹਿ ਗਏ ਪਿੱਛੇ, ਘਟੇ ਕੀ ਵਧੇ। ਔਦ ਘਟੈ, ਦਿਨ ਸਰੈਣ ਆ ਰਹੇ, ਦਿਨ ਰਾਤ ਘਟ ਰਹੀ ਹੈ, ਦਿਨ ਰਾਤ ਸਾਨੂੰ ਘਾਟਾ ਪੈ ਰਿਹਾ ਹੋਵੇ ਕਿ ਸਾਨੂੰ ਪਤਾ ਹੀ ਨਾ ਲੱਗੇ। ਕਿੱਦਾਂ ਦੇ ਦੁਕਾਨਦਾਰ ਹਾਂ ਆਪਾਂ, ਕਿੱਦਾਂ ਦੇ ਬਣ ਜਾ ਰਹੇ ਹਾਂ, ਲਗਾਤਾਰ ਘਾਟਾ ਪੈ ਰਿਹਾ ਸਾਨੂੰ ਪਤਾ ਹੀ ਨਹੀਂ। ਹਜ਼ੂਰ ਕਹਿਣ ਲੱਗੇ, ਘਾਟਾ ਨਾ ਪਾ, ਉਮਰ ਤੇ ਘੱਟ ਰਹੀ ਹੈ, ਔਦ ਘੱਟ ਹੈ, ਦਿਨ ਸਰੈਣ ਆ ਰਹੇ, ਮਨ ਗੁਰ ਮਿਲ, ਗੁਰੂ ਨੂੰ ਮਿਲ ਕੇ ਕਾਜ ਸਵਾਰੇ, ਸਵਾਰ ਲੈ। ਅਸੀਂ ਤਾਂ ਵਿਗਾੜੀ ਜਾ ਰਹੇ ਹਾਂ, ਵਿਗਾੜਨੇ ਨਹੀਂ ਹੈ ਕਾਜ, ਸਵਾਰਨੇ ਹੈ, ਸਵਾਰਨੇ ਹੈ। ਤੇ ਜਿਹੜਾ ਗੁਰੂ ਨੂੰ ਮਿਲ ਜਾਏਗਾ ਉਹ ਤੇ ਆਪਣਾ ਕਾਜ ਸਵਾਰ ਕੇ ਜਾਏਗਾ, ਪਰ ਜਿਹੜਾ ਗੁਰੂ ਨੂੰ ਨਹੀਂ ਮਿਲੇਗਾ ਉਹ ਆਪਣੇ ਕੰਮ ਸਵਾਰ ਕੇ ਨਹੀਂ ਜਾਏਗਾ, ਕੰਮ ਵਿਗਾੜ ਕੇ ਜਾ ਸਕਦਾ ਹੈ। ਇਹ ਸੰਸਾਰ ਵਿਕਾਰ, ਸਾਨੂੰ ਸੰਸਾਰ ਹੀ ਸਭ ਕੁਝ ਲੱਗਦਾ ਹੈ ਨਾ, ਪਰ ਹਜ਼ੂਰ ਕਹਿੰਦੇ ਤੇ ਵਿਕਾਰ ਹੈ, ਵਿਕਾਰਮਈ ਹੈ। ਇਹ ਤਾਂ ਡੁੱਬਣਾ ਹੈ ਕਿ ਜੋ ਤਰਨਾ ਹੈ, ਹਜ਼ੂਰ ਕਹਿੰਦੇ ਤਰਨਾ ਹੈ, ਪਰ ਤਰਿਆ ਕਿਵੇਂ ਜਾ ਸਕਦਾ ਹੈ। ਇਹ ਸੰਸਾਰ ਵਿਕਾਰ, ਸੰਸੇਮ ਹੈ, ਧੋਖਲਿਆਂ ਵਿੱਚ ਹੈ ਸੰਸਾਰ, ਸਹਿਮ ਹੈ, ਡਰ ਹੈ, ਘਬਰਾਹਟ ਹੈ। ਤਰਿਓ ਬ੍ਰਹਮ ਗਿਆਨੀ, ਜਿਹਨੂੰ ਬ੍ਰਹਮ ਦਾ ਗਿਆਨ ਹੈ ਨਾ ਉਹ ਤਰਦਾ ਹੈ, ਬਾਕੀ ਤੇ ਡੁੱਬਦਾ ਹੀ ਹੈ। ਰੋਜ਼ ਪੜ੍ਹਦੇ ਹਾਂ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ, ਡੁੱਬਦਿਆਂ ਹੋਇਆਂ ਨੂੰ। ਆਪਾਂ ਡੁੱਬਣਾ ਨਹੀਂ ਹੈ, ਆਪਾਂ ਤਰਨਾ ਹੈ, ਆਪਾਂ ਤਰਨਾ ਹੈ। ਇਹ ਸ਼ਬਦ ਸਾਨੂੰ ਸਮਝਾਉਂਦਾ ਵੀ ਤਰਨਾ ਕਿੱਦਾਂ ਹੈ। ਹਜ਼ੂਰ ਕਹਿਣ ਲੱਗੇ, ਤੂੰ ਆਇਆ ਕਾਹਦੇ ਵਾਸਤੇ ਹੈ ਜੀ, ਖਾਣ ਵਾਸਤੇ। ਤੂੰ ਆਇਆ ਕਾਹਦੇ ਵਾਸਤੇ ਹੈ ਜੀ, ਐਸ਼ ਕਰਨ ਵਾਸਤੇ। ਹਜ਼ੂਰ ਕਹਿੰਦੇ, ਤੈਨੂੰ ਇਹ ਹੀ ਨਹੀਂ ਪਤਾ ਤੂੰ ਆਇਆ ਕਾਹਦੇ ਵਾਸਤੇ ਹੈ। ਮੈਂ ਤੈਨੂੰ ਦੱਸਣਾ ਚਾਹੁੰਦਾ, ਜਾ ਕਉ ਆਏ ਸੋਈ ਬਿਹਾਜੋ। ਜਿਸ ਕੰਮ ਵਾਸਤੇ ਆਏ ਹੋ ਉਹੀ ਕੰਮ ਕਰੋ, ਉਹੀ ਵਪਾਰ ਕਰੋ ਜੀ। ਕਿਹੜੇ ਕੰਮ ਵਾਸਤੇ ਆਏ ਹਾਂ? ਹਰ ਰੱਬ ਵਾਸਤੇ ਆਏ ਹਾਂ, ਰੱਬ ਨੂੰ ਆਪਣੇ ਮਨ ਵਿੱਚ ਵਸਾਉਣ ਵਾਸਤੇ ਆਏ ਹਾਂ। ਪਰ ਉਹ ਵਸਣਾ ਕਿਵੇਂ ਹੈ? ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਦਾ ਮਤਲਬ ਦੁਆਰਾ, ਗੁਰੂ ਰਾਹੀਂ ਹਰ ਗੁਰ ਤੇ ਮਨੈ ਬਸੇਰਾ। ਹਰੀ ਜਿਹੜਾ ਹੈ ਗੁਰੂ ਦੇ ਰਾਹੀਂ ਸਾਡੇ ਮਨ ਵਿੱਚ ਵੱਸਦਾ, ਉਹਦਾ ਵਾਸਾ ਹੋ ਸਕਦਾ ਹੈ। ਇਹਦੇ ਵਾਸਤੇ ਆਇਆ, ਬੈਠ ਗੁਰੂ ਕੋਲ, ਤਾਂ ਕਿ ਸਾਡੇ ਜਾਂ ਤੇਰੇ ਮਨ ਵਿੱਚ ਰੱਬ ਵੱਸ ਸਕੇ। ਇਹ ਸਮਝਾਇਆ, ਜਾ ਕੋ ਆਏ
ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਅੰਦਰ ਹੀ ਰੱਬ ਦਾ ਮਹਿਲ ਪ੍ਰਾਪਤ ਹੋ ਜਾਏ, ਅੰਦਰੋਂ ਹੀ ਸਾਡੇ ਅੰਦਰੋਂ ਹੀ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ, ਮੁੜ ਕੇ ਫੇਰਾ ਨਾ ਹੋਵੇ, ਭਾਵ ਮਿਲਾਪ ਹੋ ਜਾਏ। ਅਰਦਾਸ ਕਰਨੀ ਪਏਗੀ, ਕਹਿਣਾ ਪਏਗਾ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਹੇ ਮੇਰੇ ਮਨ ਦੀ ਜਾਣ ਵਾਲਿਆ, ਹੇ ਸਰਵ ਵਿਆਪਕ, ਹੇ ਸਿਰਜਣਹਾਰ, ਮੇਰੀ ਮਨ ਦੀ ਇੱਛਾ ਪੂਰੀ ਕਰ। ਸ਼ਰਧਾ ਮਨ ਕੀ ਪੂਰੇ, ਹੁਣ ਕਿਹੜੀ ਸ਼ਰਧਾ ਹੈ ਇਹ ਵੀ ਦੇਖਣੀ ਹੈ ਨਾ। ਹੁਣ ਸ਼ਰਾਬੀ ਨੂੰ ਕਹੋ ਤਾਂ ਕੋਈ ਇੱਕ ਬੋਤਲ ਹੋਰ ਦੇ ਦਿਓ ਭਾਈ, ਇਹ ਜੀ ਸ਼ਰਧਾ ਨਹੀਂ ਹੈ। ਇੱਥੇ ਜੋ ਮੇਰੇ ਮਾਲਕ ਨੇ ਸਮਝਾਇਆ ਉਹ ਸ਼ਰਧਾ ਨੂੰ ਸਮਝੀਏ, ਕਿਹੜੀ ਇੱਛਾ ਹੈ ਮੇਰੇ ਮਨ ਦੀ। ਤੇ ਅਗਲੀਆਂ ਪੰਕਤੀਆਂ ਵਿੱਚ ਮੇਰੇ ਮਾਲਕ ਨੇ ਸਮਝਾ ਦਿੱਤਾ, ਨਾਨਕ ਦਾਸ ਜਿਹੜਾ ਤੇਰਾ ਦਾਸ ਹੈ ਨਾ, ਉਹ ਇਹੀ ਸੁੱਖ ਮੰਗਦਾ, ਇਹ ਸੁੱਖ ਮੰਗ ਹੈ। ਮੋਕੋ ਕਰ ਸੰਤਨ ਕੀ ਧੂੜੇ, ਆ ਬੈਠੇ ਸੰਤ ਜਨ ਸੰਗਤ, ਮੈਨੂੰ ਇਹਨਾਂ ਚਰਨਾਂ ਦੀ ਧੂੜੀ ਕਰ ਦੇ। ਹੁਣ ਧੂੜੀ ਕਰ ਦੇ ਦਾ ਮਤਲਬ ਕੀ ਹੈ? ਧੂੜੀ ਤਾਂ ਬਹੁਤ ਬਰੀਕ ਹੁੰਦੀ ਹੈ, ਇਹਦਾ ਮਤਲਬ ਸਾਨੂੰ ਕੋਈ ਕੁੱਟ ਕੱਟ ਕੇ ਹੱਡੀਆਂ ਪੀਸ ਪੂਸ ਕੇ ਤੇ ਉਹ ਕੋਈ ਸੰਤ ਜਨਾਂ ਦੇ ਪੈਰਾਂ ਦੇ ਹੇਠਾਂ ਜਾ ਕੇ ਵਿਛਾ ਦੇਵੇ, ਇਹਦੇ ਅਰਥ ਨਹੀਂ ਹੈ। ਕੁਝ ਅਖਾਣਮਈ ਅਰਥ ਹੁੰਦੇ ਹਨ, ਜਿਨ੍ਹਾਂ ਦੇ ਅਰਥ ਭਾਵ ਸਮਝਣੇ ਹੁੰਦੇ ਹਨ। ਗੁਰਮੁਖ ਜਨਾਂ ਦੀ ਧੂੜੀ ਦਾ ਮਤਲਬ, ਧੂੜੀ ਕਿੱਥੇ ਆਉਂਦੀ ਹੈ? ਪੈਰਾਂ ਵਿੱਚ, ਭਾਵ ਮੈਨੂੰ ਉਹਨਾਂ ਦੇ ਚਰਨਾਂ ਵਿੱਚ ਰੱਖ, ਭਾਵ ਉਹਨਾਂ ਦੇ ਨੇੜੇ ਰੱਖ, ਉਹਨਾਂ ਦੀ ਸੰਗਤ ਵਿੱਚ ਰੱਖ, ਕਿਉਂਕਿ ਉਹ ਗੱਪਾਂ ਨਹੀਂ ਮਾਰਨਗੇ, ਉਹ ਦੁਨਿਆਵੀ ਗੱਲਾਂ ਨਹੀਂ ਕਰਨਗੇ, ਉਹ ਤੇਰੇ ਬਾਰੇ ਗੱਲਾਂ ਕਰਨਗੇ, ਉਹ ਰੱਬ ਬਾਰੇ ਗੱਲਾਂ ਕਰਨਗੇ, ਉਹ ਸਿਮਰਨ ਦੀਆਂ ਗੱਲਾਂ ਕਰਨਗੇ। ਤੇ ਮੈਂ ਸਿਮਰਨ ਕਰਨਾ ਚਾਹੁੰਦਾ, ਮੈਂ ਤੇਰੀਆਂ ਗੱਲਾਂ ਸੁਣਨਾ ਚਾਹੁੰਦਾ, ਮੈਂ ਤੇਰੇ ਬਾਰੇ ਜਾਣਨਾ ਚਾਹੁੰਦਾ, ਇਸ ਕਰਕੇ ਇਹੀ ਸੁੱਖ ਮੰਗਦਾ ਤੇਰਾ ਦਾਸ ਕਿ ਜੋ ਤੇਰੇ ਪਿਆਰੇ ਨੇ ਜੋ ਸਤਸੰਗਤ ਹੈ, ਮੈਨੂੰ ਉਹਨਾਂ ਦੀ ਸੰਗਤ ਬਖਸ਼, ਤਾਂ ਕਿ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਮੈਂ ਆਪਣਾ ਇਹ ਮਨੁੱਖਾ ਜੀਵਨ ਜਿਹੜਾ ਹੈ ਸਫਲ ਕਰ ਸਕਾਂ, ਇਹਦਾ ਮਨੋਰਥ ਪੂਰਾ ਕਰ ਸਕਾਂ।